ਇੱਕ ਫੈਕਟਰੀ ਦੇ ਬਾਹਰ ਉਦੋਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਫੈਕਟਰੀ ਦੇ ਵਿੱਚੋਂ ਅੱਗ ਦੇ ਭਾਂਬੜ ਨਿਕਲਣ ਲੱਗੇ। ਲਪਟਾਂ ਅਸਮਾਨ ਤੱਕ ਜਾਣ ਲੱਗੀਆਂ ਤਾਂ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਫੋਕਲ ਪੁਆਇੰਟ ਤੇ ਹੀ ਇਹ ਕੰਬਲਾਂ ਦੀ ਫੈਕਟਰੀ ਮੌਜੂਦ ਹੈ ਜਿਸ ਦੇ ਵਿੱਚ ਅੱਗ ਲੱਗੀ ਹੈ। ਤੜਕਸਾਰ ਹੀ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਰੌਲਾ ਪਾਇਆ ਗਿਆ। ਫੈਕਟਰੀ ਦੇ ਮਾਲਕ ਨੂੰ ਬੁਲਾਇਆ ਗਿਆ ਤੇ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇੱਥੇ ਪਹੁੰਚੀਆਂ, ਜਿਨ੍ਹਾਂ ਦੇ ਵੱਲੋਂ ਕੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਅੱਗ ਕਿਸ ਕਦਰ ਫੈਲੀ ਹੋਈ ਹੈ। ਪੂਰੀ ਫੈਕਟਰੀ ਦੇ ਵਿੱਚੋਂ ਹੀ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ, ਅਸਮਾਨ ਛੂ ਰਹੀਆਂ ਨੇ, ਇਲਾਕੇ ਦੇ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ। ਇੱਥੇ ਵੀ ਦੱਸ ਦਈਏ ਕਿ ਨਾਲ ਹੀ ਰਿਹਾਇਸ਼ੀ ਇਲਾਕਾ ਵੀ ਹੈ ਜਿਸ ਦੇ ਵਿੱਚ ਲੋਕ ਵੀ ਸਹਿਮੇ ਹੋਏ ਸਨ ਜਦੋਂ ਇਸ ਫੈਕਟਰੀ ਦੇ ਵਿੱਚ ਅੱਗ ਲੱਗੀ। ਦੱਸਿਆ ਜਾ ਰਿਹਾ ਰਾਤ ਕਰੀਬ 3 ਵਜੇ ਇੱਥੇ ਭਿਆਨਕ ਅੱਗ ਲੱਗੀ ਹੈ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਫੈਕਟਰੀ ਦੇ ਮਾਲਕ ਨੂੰ ਬੁਲਾਇਆ ਗਿਆ। 30 ਤੋਂ 35 ਗੱਡੀਆਂ ਇੱਥੇ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ, ਜੋ ਕੜੀ ਮੁਸ਼ਕਤ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਹਾਲਾਂਕਿ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ, ਪਰ ਇਹ ਜ਼ਰੂਰ ਹੈ ਕਿ ਫੈਕਟਰੀ ਉਸ ਦੌਰਾਨ ਬੰਦ ਸੀ ਜਦੋਂ ਇਸ ਦੇ ਵਿੱਚ ਅੱਗ ਤੇ ਭਾਂਬੜ ਮਚੇ, ਤੇ ਹਾਲੇ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਇਹ ਸਵੇਰੇ 3:35 'ਤੇ ਸਲਾਹ ਮਿਲੀ, ਨਾਲ ਹੀ ਫੋਕਲ ਪੁਆਇੰਟ ਫਾਇਰ ਸਟੇਸ਼ਨ, ਸੇਵਾ ਸੰਮਤੀ, ਸਾਰੇ ਹੀ ਸ਼ਹਿਰ ਦੇ ਸਟੇਸ਼ਨ ਕੱਢਦੇ। ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਆ ਗਈ ਅਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੰਗਾ ਕੇ ਅਤੇ ਕੰਟਰੋਲ ਕੀਤਾ, ਅਜੇ ਵੀ ਚੱਲ ਰਿਹਾ ਵਾ। ਕਿੰਨੀਆਂ ਗੱਡੀਆਂ ਸਿਰ ਪਾਣੀ ਜੀ ਲੱਗ ਚੁੱਕੀਆਂ ਹੁਣ ਤੱਕ? 20 ਗੱਡੀਆਂ ਲੱਗ ਗਈਆਂ ਜੀ। ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਪਾਇਆ ਇਹਦੇ 'ਚ? ਨਹੀਂ ਜੀ, ਅਜੇ ਕੁਛ ਪਤਾ ਨਹੀਂ ਜੀ। ਕਿਆ ਇਹ ਜਾਂਚ ਹੋਏਗੀ ਇਸ ਚੀਜ਼ ਦੀ ਕਿ ਫੈਕਟਰੀ ਦੇ ਜਿਹੜਾ ਕਹਿ ਰਹੇ ਜ਼ਹਿਰੀਲਾ ਧੂੰਆਂ ਦੀ ਕਹਿ ਰਹੇ ਉੱਡ ਰਹੇ ਆ? ਸਾਰੇ ਸਾਡੇ ਅਫਸਰ ਸਬਾਨ ਆਏ ਆ, ਇਹਦੇ ਹੁਣ ਬਾਅਦ 'ਚ ਹੀ ਪਤਾ ਲੱਗੂ ਗਲਤ ਕਰਨਗੇ ਜੀ। ਕੋਈ ਜਾਨੀ ਮਾਲੀ ਨੁਕਸਾਨ ਸਰ ਇਹਦੇ ਵਿੱਚ? ਨਹੀਂ ਜੀ, ਮਾਲੀ ਤਾਂ ਚਲੋ ਹੋਣਾ ਜੀ, ਜਾਨੀ ਕੋਈ ਨੁਕਸਾਨ। ਇਲਾਕਾ ਨਿਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮਾਹੌਲ, ਡਰ ਦਾ ਮਾਹੌਲ ਬਣਿਆ ਹੈ, ਕੀ ਕਹਿਣਾ ਚਾਹੋਗੇ? ਦੇਖੋ ਜੀ, ਧੂੰਆਂ ਬਹੁਤ ਜ਼ਿਆਦਾ, ਅੱਗ ਬਹੁਤ ਜ਼ਿਆਦਾ, ਸਹਿਮ ਦਾ ਮਾਹੌਲ ਬਣੀ ਜਾਂਦਾ ਪਰ ਹੁਣ ਕੰਟਰੋਲ ਹੈ ਜੀ। ਇੱਕ ਫੈਕਟਰੀ ਦੇ ਬਾਹਰ ਉਦੋਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਫੈਕਟਰੀ ਦੇ ਵਿੱਚੋਂ ਅੱਗ ਦੇ ਭਾਂਬੜ ਨਿਕਲਣ ਲੱਗੇ। ਲਪਟਾਂ ਅਸਮਾਨ ਤੱਕ ਜਾਣ ਲੱਗੀਆਂ ਤਾਂ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਫੋਕਲ ਪੁਆਇੰਟ ਤੇ ਹੀ ਇਹ ਕੰਬਲਾਂ ਦੀ ਫੈਕਟਰੀ ਮੌਜੂਦ ਹੈ ਜਿਸ ਦੇ ਵਿੱਚ ਅੱਗ ਲੱਗੀ ਹੈ। ਤੜਕਸਾਰ ਹੀ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਰੌਲਾ ਪਾਇਆ ਗਿਆ। ਫੈਕਟਰੀ ਦੇ ਮਾਲਕ ਨੂੰ ਬੁਲਾਇਆ ਗਿਆ ਤੇ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇੱਥੇ ਪਹੁੰਚੀਆਂ, ਜਿਨ੍ਹਾਂ ਦੇ ਵੱਲੋਂ ਕੜੀ ਮੁਸ਼ਕਤ ਦੇ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਅੱਗ ਕਿਸ ਕਦਰ ਫੈਲੀ ਹੋਈ ਹੈ। ਪੂਰੀ ਫੈਕਟਰੀ ਦੇ ਵਿੱਚੋਂ ਹੀ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ, ਅਸਮਾਨ ਛੂ ਰਹੀਆਂ ਨੇ, ਇਲਾਕੇ ਦੇ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ। ਇੱਥੇ ਵੀ ਦੱਸ ਦਈਏ ਕਿ ਨਾਲ ਹੀ ਰਿਹਾਇਸ਼ੀ ਇਲਾਕਾ ਵੀ ਹੈ ਜਿਸ ਦੇ ਵਿੱਚ ਲੋਕ ਵੀ ਸਹਿਮੇ ਹੋਏ ਸਨ ਜਦੋਂ ਇਸ ਫੈਕਟਰੀ ਦੇ ਵਿੱਚ ਅੱਗ ਲੱਗੀ। ਦੱਸਿਆ ਜਾ ਰਿਹਾ ਰਾਤ ਕਰੀਬ 3 ਵਜੇ ਇੱਥੇ ਭਿਆਨਕ ਅੱਗ ਲੱਗੀ ਹੈ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਫੈਕਟਰੀ ਦੇ ਮਾਲਕ ਨੂੰ ਬੁਲਾਇਆ ਗਿਆ। 30 ਤੋਂ 35 ਗੱਡੀਆਂ ਇੱਥੇ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ, ਜੋ ਕੜੀ ਮੁਸ਼ਕਤ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਹਾਲਾਂਕਿ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ, ਪਰ ਇਹ ਜ਼ਰੂਰ ਹੈ ਕਿ ਫੈਕਟਰੀ ਉਸ ਦੌਰਾਨ ਬੰਦ ਸੀ ਜਦੋਂ ਇਸ ਦੇ ਵਿੱਚ ਅੱਗ ਤੇ ਭਾਂਬੜ ਮਚੇ, ਤੇ ਹਾਲੇ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਇਹ ਸਵੇਰੇ 3:35 'ਤੇ ਸਲਾਹ ਮਿਲੀ, ਨਾਲ ਹੀ ਫੋਕਲ ਪੁਆਇੰਟ ਫਾਇਰ ਸਟੇਸ਼ਨ, ਸੇਵਾ ਸੰਮਤੀ, ਸਾਰੇ ਹੀ ਸ਼ਹਿਰ ਦੇ ਸਟੇਸ਼ਨ ਕੱਢਦੇ। ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਆ ਗਈ ਅਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੰਗਾ ਕੇ ਅਤੇ ਕੰਟਰੋਲ ਕੀਤਾ, ਅਜੇ ਵੀ ਚੱਲ ਰਿਹਾ ਵਾ। ਕਿੰਨੀਆਂ ਗੱਡੀਆਂ ਸਿਰ ਪਾਣੀ ਜੀ ਲੱਗ ਚੁੱਕੀਆਂ ਹੁਣ ਤੱਕ? 20 ਗੱਡੀਆਂ ਲੱਗ ਗਈਆਂ ਜੀ। ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਪਾਇਆ ਇਹਦੇ 'ਚ? ਨਹੀਂ ਜੀ, ਅਜੇ ਕੁਛ ਪਤਾ ਨਹੀਂ ਜੀ। ਕਿਆ ਇਹ ਜਾਂਚ ਹੋਏਗੀ ਇਸ ਚੀਜ਼ ਦੀ ਕਿ ਫੈਕਟਰੀ ਦੇ ਜਿਹੜਾ ਕਹਿ ਰਹੇ ਜ਼ਹਿਰੀਲਾ ਧੂੰਆਂ ਦੀ ਕਹਿ ਰਹੇ ਉੱਡ ਰਿਹਾ? ਸਾਰੇ ਸਾਡੇ ਅਫਸਰ ਸਬਾਨ ਆਏ ਆ,
ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗੱਲ ਤਾਂ ਕਰਨਗੇ ਜੀ। ਕੋਈ ਜਾਨੀ ਮਾਲੀ ਨੁਕਸਾਨ ਸਰ ਇਹਦੇ ਵਿੱਚ? ਨਹੀਂ ਜੀ, ਮਾਲੀ ਤਾਂ ਚਲੋ ਹੋਣਾ ਜੀ, ਜਾਨੀ ਕੋਈ ਨੁਕਸਾਨ। ਇਲਾਕਾ ਨਿਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮਾਹੌਲ, ਡਰ ਦਾ ਮਾਹੌਲ ਬਣਿਆ, ਕੀ ਕਹਿਣਾ ਚਾਹੋਗੇ? ਦੇਖੋ ਜੀ, ਧੂੰਆਂ ਬਹੁਤ ਜ਼ਿਆਦਾ, ਅੱਗ ਬਹੁਤ ਜ਼ਿਆਦਾ, ਸਹਿਮ ਦਾ ਮਾਹੌਲ ਬਣ ਹੀ ਜਾਂਦਾ, ਪਰ ਹੁਣ ਕੰਟਰੋਲ ਹੈ ਜੀ।